ਇਹਨਾਂ ਦੇ ਸਾਥੀ ਬਾਬਾ ਦਿਆਲ ਸਿੰਘ ਕੋਟਕਪੂਰਾ ਜੋ ਪਰਜਾਲ ਮੰਡਲ ਲਹਿਰ ਫਰੀਦਕੋਟ ਦੇ ਮੁਖੀ ਸਨ। ਸੁਭਾਗ ਹੈ ਮੈਨੂੰ ਕਿ ਮੈਂ ਉਹਨਾਂ ਦੀ ਦੋਤਰੀ ਤੇ ਇਹ ਵੀ ਸੁਭਾਗ ਹੈ ਕਿ ਮੈਂ ਉਹਨਾਂ ਦੇ ਨਾਲ ਇਸ ਉਮਰ ਤੱਕ ਕੰਮ ਕੀਤਾ ਕਿ ਉਹਨਾਂ ਨੇ ਮੈਨੂੰ ਸਿਆਸਤ ਦੀ ਵੀ ਸੋਝੀ ਦਿੱਤੀ ਤੇ ਮੈਨੂੰ ਕਈ ਗੱਲਾਂ ਦੇ ਵਿੱਚ ਗਾਈਡ ਕੀਤਾ। ਉਸ ਉਮਰ ਵਿੱਚ ਜਦੋਂ ਕੁੜੀਆਂ ਸਿਆਸਤ ਵਿੱਚ ਅਜੇ ਓਨੀਆਂ ਨਹੀਂ ਸੀ ਆਉਂਦੀਆਂ ਤੇ ਮਾਂ ਬਾਪ ਆਮ ਤੌਰ 'ਤੇ ਵਿਰੋਧ ਕਰਦੇ ਸੀ ਵੀ ਕੁੜੀਆਂ ਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ, ਪਰ ਉਹਨਾਂ ਦੇ ਜੋ ਹਾਲਾਤ ਸਾਡੇ ਮੁਲਕ ਦੇ ਹਨ ਕੀ ਉਸ ਨੂੰ ਸਹੀ ਰੂਪ ਵਿੱਚ ਅਜ਼ਾਦ ਕਿਹਾ ਜਾ ਸਕਦਾ। ਅਜੇ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੇ ਕੋਟਕਪੂਰੇ ਦੇ ਵਿੱਚ 30 ਦੁਕਾਨਦਾਰਾਂ ਦੇ ਉੱਤੇ ਬੁਲਡੋਜ਼ਰ ਫੇਰ ਦਿੱਤਾ ਗਿਆ ਜਦੋਂ ਕਿ ਉਹਨਾਂ ਕੋਲ ਹਾਈਕੋਰਟ ਦੇ ਆਰਡਰ ਸਨ ਕਿ ਇਹਨਾਂ ਨੂੰ ਬਦਲਵੀਂ ਜਗ੍ਹਾ ਦੇ ਕੇ ਉਠਾਇਆ ਜਾਵੇ, ਤਾਂ ਉਹਨਾਂ ਨੇ ਹਾਈਕੋਰਟ ਦਾ ਉਹ ਆਰਡਰ ਤਾਂ ਪੂਰਾ ਕਰ ਦਿੱਤਾ ਕਿ ਜਗ੍ਹਾ ਖਾਲੀ ਕਰਵਾ ਦਿਓ, ਕੋਰਟ ਦੇ ਆਰਡਰ ਹੈ, ਪਰ ਜਿਹੜਾ ਉਹਦਾ ਪਹਿਲਾ ਭਾਗ ਸੀ ਕਿ ਇਹਨਾਂ ਨੂੰ ਬਦਲਵੀਂ ਜਗ੍ਹਾ ਦੇ ਦਿਓ ਉਹ ਭੁੱਲ ਗਏ। ਤਾਂ ਐਂ ਜਿਹੜੇ ਅੱਧੇ ਆਰਡਰ ਲਾਗੂ ਹੁੰਦੇ ਆ ਉਹਦੇ ਤੋਂ ਕਦੇ ਕਦੇ ਸ਼ੱਕ ਹੁੰਦਾ ਹੈ ਵੀ ਸੱਚੀ ਆਜ਼ਾਦਾਂ ਸੀ, ਆਜ਼ਾਦੀ ਹੈਗੀ ਹੈ। ਇਹ ਕਈ ਸਵਾਲ ਹੈ ਇਹੋ ਜਿਹੇ। ਇੱਕ ਹੋਰ ਥੋੜ੍ਹੇ ਦਿਨ ਪਹਿਲਾਂ ਇੱਕ ਲੜਕਾ ਮੇਰੇ ਵਾਹ ਵਿੱਚ ਆਇਆ, ਬਲਵਿੰਦਰ ਸਿੰਘ ਮਿਧਾਨਾ ਪਿੰਡ ਫਿਰੋਜ਼ਪੁਰ ਦਾ, ਮੇਰੇ ਕੋਲ ਫੋਨ ਆਇਆ ਕਿ ਡਾਕਟਰ ਸਾਹਿਬ ਮੈਂ ਡਾਕਟਰ ਹਾਂ ਪੇਸ਼ੇ ਤੋਂ ਗਾਇਨੀਕੋਲੋਜਿਸਟ, ਕਿਹਾ ਜੀ ਸਾਡੀ ਸਹਾਇਤਾ ਕਰੋ, ਸਾਡਾ ਇੱਕ ਵਰਕਰ ਤੁਹਾਡੇ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਹੈ ਅਤੇ ਉਸ 'ਤੇ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਅਤੇ ਉਹਦੇ ਕੋਈ ਕੇਸ ਨਹੀਂ ਦਰਜ ਹੋ ਰਿਹਾ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਗਈ ਉਸ ਬੱਚੇ ਨੂੰ ਮਿਲੀ ਤਾਂ ਦੇਖਿਆ ਕਿ ਉਸਦੇ ਗਲੇ 'ਤੇ ਫਾਹੇ ਦਾ ਨਿਸ਼ਾਨ ਹੈ। ਮੈਂ ਪੁੱਛਿਆ ਕੀ ਹੋ ਗਿਆ, ਤਾਂ ਪਤਾ ਲੱਗਿਆ ਕਿ ਉਸਨੇ ਆਪਣੇ ਪਿੰਡ ਦੇ ਸਰਪੰਚ ਦੇ ਖਿਲਾਫ ਇੱਕ RTI ਹਾਸਲ ਕਰ ਲਈ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ, ਕਿ 1 ਕਰੋੜ ਰੁਪਈਏ ਦੀ ਸਾਡੀ ਗ੍ਰਾਂਟ ਆਈ ਸੀ ਅਤੇ ਉਹ ਗ੍ਰਾਂਟ ਸਹੀ ਤਰੀਕੇ ਨਾਲ ਵਰਤੀ ਨਹੀਂ ਗਈ। ਅਤੇ ਉਸ ਦਾ ਨਾ ਸਿਰਫ ਉਹਨੇ ਕਾਗਜ਼ ਹਾਸਲ ਕੀਤਾ, ਉਹਨੇ ਅੱਗੋਂ ਅਮਲੀ ਰੂਪ ਵਿੱਚ ਜਾ ਕੇ ਉਹਨੂੰ ਅਦਾਲਤ ਵਿੱਚ ਚੈਲੇਂਜ ਵੀ ਕਰਤਾ ਅਤੇ ਅਦਾਲਤ ਵਿੱਚ ਉਸ 'ਤੇ ਕੇਸ ਚੱਲ ਪਿਆ। ਉਹਨਾਂ ਨੇ ਉਹਨੂੰ ਬਹੁਤ ਧਮਕਾਇਆ ਵੀ ਤੂੰ ਇਹ ਕਾਕਾ ਖੈੜਾ ਛੱਡ ਦੇ, ਸਾਡੇ ਮਗਰੋਂ ਲੈ ਜਾ, ਪਰ ਜਦੋਂ ਉਹਨੇ ਨਾ ਕਰਤੀ ਕਿ ਮੈਂ ਕੇਸ ਵਾਪਸ ਨਹੀਂ ਲੈਣਾ ਤਾਂ ਅਦਾਲਤ 'ਚੋਂ ਵਾਪਸ ਆਉਂਦੇ ਨੂੰ 4 ਗੁੰਡਿਆਂ ਨੇ ਘੇਰਿਆ ਅਤੇ ਉਹਦੇ ਗਲ ਵਿੱਚ ਫਾਹੀ ਪਾ ਕੇ ਉਹਨੂੰ ਮਰਿਆ ਜਾਣ ਕੇ ਸਿੱਟ ਗਏ। ਉਹ ਤਾਂ ਉਹਦੀ ਤਾਰ ਅਜੇ ਜੁੜੀ ਹੋਈ ਸੀ ਕਿ ਉਹਨੂੰ ਹੋਸ਼ ਆ ਗਿਆ ਅਤੇ ਉਹ ਭੱਜਿਆ ਅਤੇ ਉਸ ਤੋਂ ਬਾਅਦ ਉਹਨੂੰ ਉੱਥੋਂ ਹਸਪਤਾਲ ਵਿੱਚ ਵੀ ਨਾ ਦਾਖਲ ਹੋਣ ਦੇਣ ਅਤੇ ਹਸਪਤਾਲ ਵਾਲਿਆਂ ਨੇ ਉਹਨੂੰ ਗੁਰਬਿੰਦ ਸਿੰਘ ਮੈਡੀਕਲ ਕਾਲਜ 'ਚ ਰੈਫਰ ਕਰਤਾ ਅਤੇ ਉੱਥੇ ਅਸੀਂ ਭਾਈ ਬਲਦੀਪ ਸਿੰਘ ਨੂੰ ਬੁਲਾ ਕੇ ਅਤੇ ਅਖਬਾਰਾਂ ਦੇ ਵਿੱਚ ਖਬਰ ਵਗੈਰਾ ਲਗਵਾਈ ਕਿਉਂਕਿ ਅਖਬਾਰਾਂ ਵਾਲੇ ਵੀ ਡਰਦੇ ਪਏ ਸੀ। ਉਹ ਕਹਿੰਦੇ ਜੀ 2 ਜ਼ਿਲ੍ਹਿਆਂ ਦਾ ਕੇਸ ਹੈ, ਇਹ ਤਾਂ ਫਿਰੋਜ਼ਪੁਰ ਦਾ, ਉੱਥੇ ਖਬਰ ਲੱਗੂਗੀ ਫਰੀਦਕੋਟ ਦਾ। ਅਸੀਂ ਕਿਹਾ ਚਲੋ ਭਾਈ ਸਾਡੀ ਨਹੀਂ ਸੁਣਦੇ, ਅਸੀਂ ਕੋਈ ਵੱਡਾ ਲੀਡਰ ਬੁਲਾ ਲੈਂਦੇ ਹਾਂ, ਸ਼ਾਇਦ ਫਿਰ ਹੀ ਖਬਰ ਲੱਗ ਗਈ ਅਤੇ ਅਸੀਂ ਕਾਮਯਾਬ ਹੋ ਗਏ। ਅਖਬਾਰ ਵਿੱਚ ਖਬਰ ਲੱਗ ਗਈ ਪਰ ਅਜੇ ਤੱਕ ਉਸ ਦਾ 307 'ਤੇ ਪਰਚਾ ਦਰਜ ਨਹੀਂ ਹੋਇਆ। ਕਲੀਅਰ ਕੱਟ ਕੇਸ ਹੈ, ਇੰਨੇ ਵੱਡੇ ਉਹਦੇ ਨਿਸ਼ਾਨ ਹੈ, ਫੇਸਬੁੱਕ 'ਤੇ ਉਹਦੀਆਂ ਫੋਟੋ ਪਾਈਆਂ ਹੋਈਆਂ ਦੇਖ ਲੈਣਾ, ਪਰ ਉਹਨੂੰ ਕ੍ਰੋਸ ਕੇਸ ਬਣਾਤਾ ਲੜਾਈ ਝਗੜੇ ਦਾ। ਹੁਣ ਦੱਸੋ ਵਾੜੀ ਖੇਤ ਨੂੰ ਖਾਵੇ ਤਾਂ ਉਸ ਖੇਤ ਦਾ ਕੌਣ ਰੱਖਾ, ਕੀ ਕਰੀਏ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੀ ਗਲੀ ਦੇ ਵਿੱਚ ਇੱਕ ਫੇਰੀ ਵਾਲਾ ਫਿਰਦਾ, ਕੁੜੀ ਆਈ ਮੇਰੇ ਕੋਲ ਕਹਿੰਦੀ ਮੈਡਮ ਤੇਜ਼ਾਬ ਲੈ ਦਿਓ। ਮੈਂ ਕਿਹਾ ਵੀ ਮੈਂ ਤੈਨੂੰ ਦੱਸਿਆ ਵੀ ਤੇਜ਼ਾਬ ਬੈਨ ਹੋ ਗਿਆ, ਕਹਿੰਦੀ ਲੈ ਤੁਸੀਂ ਰੋਜ਼ ਕਹਿ ਦਿੰਦੇ ਹੋ ਬੈਨ ਹੋ ਗਿਆ, ਉਹ ਵੇਚੀ ਜਾਂਦਾ। ਮੈਂ ਬਾਹਰ ਗਈ ਜਾ ਕੇ ਉਹਦੀ ਇੱਕ ਵੀਡੀਓ ਬਣਾ ਲਈ, ਵੀਡੀਓ ਬਣਾ ਕੇ ਮੈਂ ਉਹਨੂੰ ਪੁੱਛਿਆ ਵੀ ਭਾਈ ਕਿਹੜੀ ਦੁਕਾਨ ਤੋਂ ਲਿਆਇਆ, ਮੈਂ ਇੱਥੇ ਨਾਮ ਨਹੀਂ ਲਊਂਗੀ। ਚਲੋ ਉਹਨੇ ਦੱਸਤਾ, ਉਸ ਤੋਂ ਬਾਅਦ ਮੈਂ ਉਹ ਵੀਡੀਓ DC ਸਾਹਿਬ ਨੂੰ ਭੇਜਤੀ। ਉਹ ਹੁਣ ਤੁਰੀ ਫਿਰਦੀ ਹੈ, ਪਤਾ ਨਹੀਂ ਕਿੰਨੇ ਦਿਨਾਂ ਵਿੱਚ ਪਤਾ ਲੱਗੂਗਾ। ਸਿਵਲ ਸਰਜਨ ਦਫ਼ਤਰ ਤੋਂ ਮੇਰੇ ਕੋਲ ਫੋਨ ਆਉਂਦਾ, ਕਹਿੰਦੇ ਜੀ ਲਾਇਸੈਂਸ ਹੋਲਡਰ ਤਾਂ ਅਸੀਂ ਸਾਰਿਆਂ ਕੋਲ ਜਾਇਆ ਹੈ, ਉੱਥੇ ਤਾਂ ਉਹ ਕਹਿੰਦੇ ਆ ਵੀ ਅਸੀਂ ਤਾਂ ਨਹੀਂ ਅਜੇ ਦਿੱਤਾ, ਸਾਡੇ ਲਾਇਸੈਂਸ ਰਿਨਿਊ ਨਹੀਂ ਹੋਏ। ਮੈਂ ਕਿਹਾ ਜੀ ਮੈਂ ਤਾਂ ਨਹੀਂ ਤੁਹਾਨੂੰ ਦੱਸਣਾ ਵੀ ਤੁਹਾਡਾ ਕੰਮ ਕੀ ਹੈ, ਜ਼ਰੂਰੀ ਤਾਂ ਨਹੀਂ ਵੀ ਲਾਇਸੈਂਸ ਹੋਲਡਰ ਵੇਚਦੇ ਹੋਣ, ਮੈਂ ਤਾਂ ਤੁਹਾਨੂੰ ਇਹ ਦੱਸਿਆ ਵੀ ਆਹ ਲਓ ਵੀਡੀਓ, ਆਹ ਚੱਕੋ 4-5 ਬੋਤਲਾਂ ਲੈ ਕੇ ਉਹ ਰੈਡੀ 'ਤੇ ਸਾਈਕਲ ਦੇ ਮਗਰ ਲੱਗ ਕੇ ਪੇਟੀ ਤੁਰਿਆ ਫਿਰਦਾ, ਅਤੇ ਜੇ ਕਿਸੇ ਨੇ ਉਹਦੇ ਕੋਲੋਂ ਖੋਹ ਕੇ ਕਿਸੇ ਕੁੜੀ 'ਤੇ ਜਾਂ ਕਿਸੇ ਬੰਦੇ 'ਤੇ ਪਾ ਦਿੱਤੀ, ਜ਼ਿੰਮੇਵਾਰ ਕੌਣ ਹੋਊਗਾ।
ਪਾਰਲੀਮੈਂਟ ਆਉਂਦੇ ਆ ਲਾਗੂ ਨਹੀਂ ਹੁੰਦੇ। ਉਹਨਾਂ ਕਾਨੂੰਨਾਂ ਦਾ ਮੁੱਲ ਕੀ ਹੈ ਜੇ ਕਿਸੇ ਏਜੰਸੀ ਨੇ ਉਹਨਾਂ ਨੂੰ ਲਾਗੂ ਨਹੀਂ ਕਰਨਾ। ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਿਆਨ ਦਿੱਤਾ ਡੂਢ ਗੁਣਾ ਮੁਆਵਜ਼ਾ ਦਿੱਤਾ ਜਾਊਗਾ ਕਿਸਾਨਾਂ ਨੂੰ, ਡੂਢ ਗੁਣਾ ਮੁਆਵਜ਼ਾ ਦਿੱਤਾ ਜਾਊਗਾ। ਤੇ ਜਦੋਂ ਗਿਰਦੌਰੀ ਕਰਨ ਵਾਸਤੇ ਗਏ ਪਟਵਾਰੀ ਤੇ ਉਹ ਪਤਾ ਕੀ ਕਹਿੰਦੇ ਕਿਸਾਨਾਂ ਨੂੰ, ਕਣਕਾਂ ਤਾਂ ਕਹਿੰਦੇ ਤੁਸੀਂ ਆਪੇ ਟੇਢੀਆਂ ਕਰਦੀਆਂ। ਦੱਸੋ ਕੋਈ ਕਿਸਾਨ ਆਪਦੇ ਹੱਥੀਂ ਪਾਲੀ ਹੋਈ ਫਸਲ ਟੇਢੀ ਕਰੂਗਾ? ਕੋਈ ਕਿਸਾਨ ਆਪਦੀ ਫਸਲ ਨੂੰ ਇਸ ਤਰੀਕੇ ਨਾਲ ਤੋੜੂਗਾ? ਤੇ ਜੇ ਗਿਰਦੌਰੀ ਹੀ ਸਹੀ ਨਹੀਂ ਹੋਊਗੀ ਤਾਂ ਡੇਢ ਗੁਣਾ ਮੁਆਵਜ਼ਾ ਕਿੰਨਾ ਦੇ ਢਿੱਡਾਂ ਵਿੱਚ ਜਾਊਗਾ? ਪ੍ਰੋਫੈਸਰ ਜਗਮੋਹਨ ਸਿੰਘ ਸ਼ਹੀਦ ਭਗਤ ਸਿੰਘ ਜੀ ਦੇ ਭਾਂਜੇ ਤੇ ਸਾਡੇ ਪੁਰਾਣੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦੇ ਪ੍ਰਧਾਨ ਵੀ ਆ ਉਹ, ਮੈਂ ਵੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦੀ ਮੋਢੀ ਮੈਂਬਰ ਰਹੀ ਹਾਂ ਤੇ ਉਹ ਆ ਗਏ ਹੈ ਤੇ ਜਿਵੇਂ ਹੀ ਉਹ ਆਉਂਦੇ ਹੈ ਸਾਰੇ ਉਹਨਾਂ ਦਾ ਸਵਾਗਤ ਕਰਿਆ ਜੇ। ਤੇ ਹੁਣ ਮੈਂ ਕੁਛ ਨਾਰੇ ਲਵਾਉਂਗੀ, ਇਨਕਲਾਬ ਇਨਕਲਾਬ ਇਨਕਲਾਬ। ਥੈਂਕ ਯੂ ਵੈਰੀ ਮਚ। ਸਰਦਾਰ ਕਰਨਪ੍ਰੀਤ ਸਿੰਘ ਜੀ ਸੰਧੂ,